gak ngitung lagi. ਤੋ ਉਹਨਾਂ ਦੀ ਯਾਦਗਾਰ ਤੇ ਮੇਲਾ ਲੱਗਦਾ ਮਾਘੀ ਦਾ ਮੇਲਾ ਉਹਨਾਂ ਦੀ ਯਾਦਗਾਰ ਤੇ ਲੱਗਦਾ ਹੈ ਤੋ ਇਹ ਮੇਲਾ ਕਮ ਸੇ ਕਮ 100 ਸਾਲ ਤੇ ਪਹਿਲੇ 150 ਸਾਲ ਤੋਂ ਲੱਗਦਾ ਹੈ ਇਹ ਮੇਲਾ ਤੋ 100-150 ਸਾਲ ਤੋਂ ਲੱਗਦਾ ਆਇਆ ਮੇਲਾ ਤੋ ਉਹਨਾਂ ਦੀ ਯਾਦ ਸੰਗਤ ਸੇਵਾ ਕਰਦੀ ਹੈ ਤੋ 51 ਖੰਡ ਪਾਠਾਂ ਦੇ ਇੱਥੇ ਲੜੀ ਚੱਲਦੀ ਹੈ ਲੜੀ ਚੱਲ ਤੋਂ ਲੋਕ ਸੰਗਤ ਬਾਹਰ ਤੋਂ ਆਣ ਕੇ ਤੋ ਸਾਰੇ ਪਿੰਡਾਂ ਦੇ ਲੋਕ ਤੋ ਪਿੰਡ ਦੀ ਪੰਚਾਇਤ ਸਾਰੇ ਇੱਥੇ ਸੇਵਾ ਕਰਦੇ ਹੈ ਤੋ ਉਹਨਾਂ ਦੀ ਯਾਦ ਦੇ ਵਿੱਚ ਬਾਬੇ ਸਰਾਬ ਸਿੰਘ ਦੀ ਯਾਦ ਦੇ ਵਿੱਚ ਉਹਨਾਂ ਦੀ ਇੱਥੇ ਸਮਾਧ ਬਣੀ ਹੈ ਉਹਨਾਂ ਦੀ ਯਾਦ ਦੇ ਵਿੱਚ ਮੇਲਾ ਲੱਗਦਾ। ਹਾਂਜੀ, ਮੇਲੇ ਬਾਰੇ ਕੀ ਕਹਿਣਾ ਚਾਹੋਗੇ ਸੁਖਦੇਵ ਸਿੰਘ? ਮੇਲੇ ਬਾਰੇ ਅਸੀਂ ਭਾਈ ਸਾਹਿਬ ਇਹ ਕਹਿਣਾ ਚਾਹਾਂਗੇ, ਮੇਲਾ ਵੇਖਣ 3-4 ਸਾਲ ਹੋ ਗਏ ਸਾਨੂੰ। ਹਾਂਜੀ, ਮੇਲਾ ਬਹੁਤ ਵਧੀਆ ਹੁੰਦਾ ਹੈ। ਹਾਂਜੀ, ਪਾਣੀ ਵਧੀਆ ਚੱਲਦਾ ਹੈ, ਰਾਗੀ ਢਾਡੀ ਵੀ ਲੱਗਦੇ ਆ। ਹਾਂਜੀ, ਤੇ ਜਗ੍ਹਾ ਵੀ ਬਹੁਤ ਵਧੀਆ ਹੈ। ਕਿਵੇਂ ਪਿੰਡ ਵਾਲਿਆਂ ਦਾ ਕਿਵੇਂ ਸਹਿਯੋਗ ਆ? ਜਾਂ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਜਗ੍ਹਾ ਦੇ ਨਾਲ ਵੀ। ਇੱਕ ਸੁਖਦੇਵ ਸਿੰਘ ਜੀ, ਤੁਹਾਨੂੰ ਪ੍ਰਸ਼ਨ ਆ ਵੀ ਮੇਲੇ ਦੇ ਵਿੱਚ ਜੂਆ ਕਿਉਂ ਜ਼ਰੂਰੀ ਹੈ, ਇਹ ਕਿੰਨੇ ਕੁ ਚਿਰ ਤੋਂ ਚੱਲਦਾ? ਜੂਆ ਕੀ ਕਹਿਣਾ ਚਾਹੁੰਦਾ? ਮੁੱਢੋ ਮੁੱਢੀ ਹੈ, ਪਰ ਇਹ ਨਹੀਂ ਪਤਾ ਵੀ ਕਿਹੜੀ ਰੀਤ 'ਤੇ ਚੱਲਦਾ, ਕੋਈ ਇਹਨੂੰ ਰੋਕਦਾ ਨਹੀਂ ਗਾ, ਕੋਈ ਇਹਦੇ 'ਤੇ ਕੋਈ ਪ੍ਰਸ਼ਾਸਨ ਨਹੀਂ ਕੋਈ ਕਰਦਾ। ਅਸੀਂ ਨਹੀਂ ਮੰਨਦੇ, ਅਸੀਂ ਨਹੀਂ ਕਹਿੰਦੇ ਇਸ ਚੀਜ਼ ਨੂੰ ਹੋਣਾ ਚਾਹੀਦਾ। ਜੋ ਲੋਟ ਸੜਕ ਦੇ ਵਾਹਣਾਂ ਦੇ ਵਿੱਚ ਖਲਾਰੇ ਪਏ ਹੈ ਵੀ ਬੇਅਦਬੀ ਹੁੰਦੀ ਹੈ, ਵੀ ਨਹੀਂ ਚਾਹੀਦਾ ਸਾਡੇ ਸਾਹਮਣੇ।